शर्मा जी खबरां दे वल आईए ते शुरुआत करिए आपां भारत कैनेडा रिश्तियां तों जिन्हां दे विच तणाअ खटास है। कहिंदे हुण 8 हफ्तियां दे विच मिलण वाला कैनेडा स्टडी वीजा 5 महीनियां दे विच मिलिया करेगा। बिल्कुल जी, बहुत समा पहला जदों ये मामला शुरू होया सी G20 बैठक जी ਤੇ ਨਿਜਰ ਦੇ ਕਤਲ ਮਾਮਲੇ ਦੇ ਹਵਾਲੇ ਨਾਲ ਇਹ ਚਰਚਾਵਾਂ ਦੋਵੇਂ ਮੁਲਕਾਂ ਸ਼ੁਰੂ ਹੁੰਦੀਆਂ ਤੇ ਉਹ ਵਿਵਾਦ 'ਚ ਬਦਲਦੀਆਂ ਤੇ ਤਕਰਾਰ 'ਚ ਬਦਲਦੀਆਂ ਤੇ ਇੱਕ ਦੂਜੇ ਦੇ ਉੱਤੇ ਕਾਗਜ਼ੀ ਕਾਰਵਾਈ ਤੱਕ ਜਾਂਦੀਆਂ। ਤੇ ਉਸ ਦੌਰਾਨ ਆਪਾਂ ਚਰਚਾ ਕਰਦਿਆਂ ਕਿਹਾ ਸੀਗਾ ਕਿ ਇਹਦਾ ਅਸਰ ਵਿਦਿਆਰਥੀਆਂ ਤੇ ਵੀਜ਼ਿਆਂ ਤੇ ਮਾਪਿਆਂ ਤੇ ਪੈਣਾ, ਤੇ ਉਸ ਸਮੇਂ ਕਈਆਂ ਨੂੰ ਲੱਗਿਆ ਕਿ ਨਹੀਂ ਜੀ ਤਾਂ ਹਵਾ 'ਚ ਡਾਂਗ ਹੈ ਜੀ, ਅਸੀਂ ਕੈਨੇਡਾ ਪਤਾ ਕਰ ਲਿਆ ਜੀ, ਅਸੀਂ ਇੱਥੇ ਜਿਹਨਾਂ ਨੇ ਟਿਕਟਾਂ ਲਈਆਂ ਜੀ ਵੀਜ਼ਿਆਂ ਲਈ ਜਾਣਾ ਪਤਾ ਕਰ ਲਿਆ, ਸਾਰਾ ਕੁਝ ਤਾਂ ਠੀਕ ਹੈ ਜੀ, ਉਹੀ ਕਰੀ ਜਾਂਦੇ ਹੋ ਗੱਲਾਂ, ਪਰ ਅੱਜ ਉਹਦਾ ਰੰਗ ਦਿਖਣ ਲੱਗ ਗਿਆ। ਭਾਰਤ ਸਰਕਾਰ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਕਹਿੰਦੇ ਜੀ ਹਦਾਇਤ ਕਰਤੀ ਕਿ 41 ਡਿਪਲੋਮੈਟਾਂ ਨੂੰ ਆਪਣੇ ਨੂੰ ਵਾਪਸ ਲੈ ਜਾਓ। ਇਸ ਗੱਲ ਦੀ ਅਧਿਕਾਰਕ ਤੌਰ ਤੇ ਨਾ ਕੋਈ ਚਿੱਠੀ, ਨਾ ਕੋਈ ਹੁਕਮ, ਨਾ ਕੋਈ ਦਸਤਾਵੇਜ਼ ਅਜੇ ਭਾਰਤ ਸਰਕਾਰ ਨੇ ਜਨਤਕ ਕੀਤਾ, ਨਾ ਕੈਨੇਡਾ ਸਰਕਾਰ ਨੇ ਹਾਮੀ ਭਰੀ ਆ ਕਿ ਹਾਂ ਸਾਨੂੰ ਅਜਿਹਾ ਕੋਈ ਹੁਕਮ ਆ ਗਿਆ ਜਾਂ ਅਜਿਹੀ ਕੋਈ ਕਾਰਵਾਈ ਦੀ ਹਦਾਇਤ ਆਈ ਹੈ। ਪਰ ਦਾ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਹੈ, ਦਾ ਫਾਈਨੈਂਸ਼ੀਅਲ ਟਾਈਮਸ ਦਾ ਇਹ ਦਾਅਵਾ ਹੈ ਕਿ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਹੈ ਕੈਨੇਡਾ ਦੇ, ਜਿੱਥੇ ਜਿੱਥੇ ਸਾਰੇ ਡਿਪਲੋਮੈਟ ਬੈਠਦੇ ਨੇ, ਉਹ ਉਹਨਾਂ ਦੇ ਹੈੱਡ ਆਫਿਸ ਹੈ ਜਿਹੜਾ ਉੱਥੇ, ਮਤਲਬ ਕਿ 62 ਡਿਪਲੋਮੈਟਾਂ ਦੇ ਵਿੱਚੋਂ 41 ਨੂੰ ਹਦਾਇਤ ਹੋ ਗਈ 10 ਅਕਤੂਬਰ ਤੋਂ ਪਹਿਲਾਂ, ਤੇ ਅੱਜ ਭਾਰਤੀ ਸਮੇਂ ਅਨੁਸਾਰ 4 ਅਕਤੂਬਰ ਹੋ ਗਈ ਹੈ, ਤੇ 5-6 ਦਿਨ ਬਚਦੇ ਨੇ ਅਗਲੇ ਕੋਲ ਸਮਾਨ ਸਮੇਟਣ ਲਈ। 41 ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਜੇਕਰ ਫੈਸਲਾ ਹੋਇਆ ਤਾਂ ਇਹਦਾ ਮਤਲਬ ਬਚਣੇ ਕਿੰਨੇ ਆ, ਬਾਹਰ ਚੋਂ 21 ਰਹਿ ਜਾਣੇ, ਤੇ 41 ਦੇ ਜਾਣ ਨਾਲ ਫਿਰ ਕੰਮ ਕਰਤੇ ਤਾਂ ਅਸਰ ਪੈਣਾ ਪ੍ਰਵੀਨ ਜੀ, ਹਾਂਜੀ ਸਿੱਧਾ ਪ੍ਰਭਾਵਿਤ ਹੋਣਾ। ਬੇਸ਼ੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹਾਲ ਹੀ ਚ ਇੱਕ ਮੀਡੀਆ ਨਾਲ ਰਾਬਤੇ ਦੌਰਾਨ ਜਾਂ ਪ੍ਰੈਸ ਕਾਨਫਰੰਸ ਨਾਲ ਇੱਕ ਬਿਆਨ ਆਇਆ ਕਿ ਅਸੀਂ ਸਥਿਤੀ ਨੂੰ ਹੋਰ ਵਿਗੜਨ ਨਹੀਂ ਦਿਆਂਗੇ, ਅਸੀਂ ਭਾਰਤ ਨਾਲ ਆਪਣੇ ਰਿਸ਼ਤਿਆਂ ਨੂੰ ਕਾਇਮ ਰੱਖਾਂਗੇ। ਸੋ ਉਹਨਾਂ ਦੇ ਇਸ ਹਵਾਲੇ ਨਾਲ ਹਾਂ, ਪਰ ਜਦੋਂ ਤੁਸੀਂ ਦੂਸਰੇ ਹਵਾਲੇ ਨਾਲ ਅਸਰ ਦੇਖਦੇ ਹੋ ਇਹਦਾ, ਤਾਂ ਇਹ ਸਿੱਧਾ ਜਿਹਾ ਸਵਾਲ ਹੈ ਕਿ ਕੈਨੇਡਾ ਦੇ ਹਾਈ ਕਮਿਸ਼ਨ ਦੇ ਵਿੱਚ ਜਿੰਨੇ ਭਾਰਤੀ ਮਤਲਬ ਕਿ ਜਿਹੜੇ ਹੈਗੇ ਨੇ ਡਿਪਲੋਮੈਟ, ਉਹਨਾਂ ਦੇ ਹਵਾਲੇ ਨਾਲ ਕਹਿੰਦੇ ਇਹ ਹਦਾਇਤ ਪਹਿਲਾਂ ਤੋਂ ਚੱਲਦੀ ਆ ਕਿ ਬਰਾਬਰ ਕਰੋ ਜੀ, ਠੀਕ ਹੈ, ਕਿਉਂਕਿ ਉੱਥੇ ਸਾਡੀ ਗਿਣਤੀ ਹੈ ਜਿਹੜੀ ਉਹਦੇ ਬਰਾਬਰ ਕਹਿੰਦੇ ਉਰੇ ਕੈਨੇਡੀਅਨਾਂ ਦੀ ਗਿਣਤੀ ਹੋਣੀ ਚਾਹੀਦੀ ਆ ਉਸ ਹਵਾਲੇ ਨਾਲ, ਜਦੋਂ ਕਿ ਉੱਧਰੋਂ ਇੱਧਰ ਨੂੰ ਆਉਣ ਵਾਲਿਆਂ ਦੀ ਗਿਣਤੀ ਘੱਟ ਹੈ, ਇੱਧਰ ਉੱਧਰ ਨੂੰ ਜਾਣ ਵਾਲਿਆਂ ਦੀ ਗਿਣਤੀ ਵੱਧ ਹੈ। ਸੋ ਇਹ ਇਹ ਪਰ ਹੁਣ ਕਹਿੰਦੇ ਕਿ ਸਰਕਾਰ ਦੀ ਹਦਾਇਤ ਹੈ ਕਿ ਬਰਾਬਰ ਤੇ ਲਿਆਓ ਜੀ ਇਹ ਕੰਮ। ਹੁਣ ਇਹਦਾ ਅਸਰ ਕੀ ਪੈਣਾ, ਇਹਦਾ ਅਸਰ ਸਿੱਧਾ ਸਿੱਧਾ ਇਸ ਗੱਲ ਤੇ ਪੈਣਾ ਕਿ ਜਿਹੜੇ ਸਟੱਡੀ ਵੀਜ਼ੇ ਮਹੀਨੇ ਤੋਂ 1.5 ਮਹੀਨਾ ਹੱਦ ਦੂਆ ਮਹੀਨਾ, ਜਿਹੜਾ ਸਟੱਡੀ ਵੀਜ਼ਾ ਮਤਲਬ 8 ਹਫ਼ਤਿਆਂ ਚ, 4 ਤੋਂ 8 ਹਫ਼ਤਿਆਂ ਚ, 4 ਹਫ਼ਤਿਆਂ ਦਾ ਮਤਲਬ 1 ਮਹੀਨਾ, ਹਾਂਜੀ, 8 ਹਫ਼ਤਿਆਂ ਦਾ ਮਤਲਬ 2 ਮਹੀਨਾ, ਸੋ ਹੁਣ ਸਿੱਧਾ 32 ਹਫ਼ਤਿਆਂ ਤੇ ਜਾ ਸਕਦਾ, ਠੀਕ ਹੈ, ਹੈ ਨਾ, ਤੇ 32 ਤੋਂ ਵੀ ਵੱਧ ਕੇ 40 ਹਫ਼ਤਿਆਂ ਤੱਕ ਵੀ ਜਾ ਸਕਦਾ। ਸੋ ਇਹ ਇੱਕ ਨਵਾਂ ਪਹਿਲੂ ਉੱਭਰ ਕੇ ਸਾਹਮਣੇ ਆ ਰਿਹਾ ਕਿ ਜੇ ਏਦਾਂ ਦਾ ਕੁਛ ਵਰਤਾਰਾ ਹੁੰਦਾ ਤਾਂ ਇਹ ਇੱਕ ਵੱਡਾ ਪਹਿਲੂ ਹੈ ਕਿ ਜਿਹੜਾ ਕੰਮ 8 ਹਫ਼ਤਿਆਂ ਚ ਹੋ ਜਾਣਾ ਸੀ ਉਹ ਥੋੜਾ ਉਹਨੂੰ 5-5 ਮਹੀਨਿਆਂ ਚ ਚਲਾ ਜਾਣਾ। ਸੋ ਇਹ ਇਹ 5 ਮਹੀਨਿਆਂ ਤੋਂ ਵੱਧ ਵਕਫਾ ਲੱਗ ਸਕਦਾ, 6 ਮਹੀਨੇ ਦਾ ਵਕਫਾ ਵੀ ਲੱਗ ਸਕਦਾ। ਇਹ ਜਿਹੜੇ ਵੀਜ਼ੇ ਅਪਲਾਈ ਕਰਾਉਂਦੇ ਨੇ, ਵੀਜ਼ੇ ਦਿੰਦੇ ਨੇ, ਜਾਂ ਜਿਹੜੇ ਮਾਹਿਰ ਨੇ ਦੋਵੇਂ ਮੁਲਕਾਂ ਦੇ ਵਿੱਚ ਇਹੋ ਜਿਹੇ ਕੰਮਾਂ ਲਈ, ਉਹਨਾਂ ਦੀ ਇੱਕ ਸਾਂਝੀ ਰਾਏ ਉੱਪਰ ਕੇ ਸਾਹਮਣੇ ਆ ਰਹੀ ਹੈ, ਮੈਂ ਉਹਦੇ ਹਵਾਲੇ ਨਾਲ ਗੱਲ ਕਰ ਰਿਹਾ। ਉਹ ਕਹਿੰਦੇ ਕਿ ਜਦੋਂ ਤੁਸੀਂ 62 ਚੋਂ 41 ਨੂੰ ਇੱਥੋਂ ਭੇਜਤਾ ਤੇ ਫਿਰ ਵੀਜ਼ਾ ਪ੍ਰੋਸੈਸਿੰਗ ਸਿਸਟਮ ਤਾਂ ਵਿਗੜ ਜਾਣਾ ਨਾ, ਕੈਨੇਡਾ ਦੇ ਵੀਜ਼ਾ ਦੀ ਅਪਲਾਈ ਵਾਲੀ ਐਪਲੀਕੇਸ਼ਨ ਤੇ ਜਿਹੜੀ ਸਟੱਡੀ ਵਾਲੀ ਹੈ ਜਾਂ ਮਤਲਬ ਦੂਸਰੀ ਤਰ੍ਹਾਂ ਦੀ ਹੈ, ਜਿਵੇਂ ਮਤਲਬ ਇੱਕ ਕਹਿੰਦੇ ਸਟੂਡੈਂਟ ਡਾਇਰੈਕਟ ਸਟ੍ਰੀਮ, ਉਹ ਚ ਤਾਂ ਮਾਤਰ 20 ਦਿਨ ਲੱਗਦੇ ਆ ਜੀ, ਹੈ ਨਾ, ਮਤਲਬ 8 ਹਫ਼ਤੇ ਤਾਂ ਚਲੋ ਫਿਰ ਵੀ 2 ਮਹੀਨੇ ਕਹਿੰਦੇ ਉਹਦੇ ਵਿੱਚ 20 ਦਿਨ ਲੱਗਦੇ ਆ, ਕਹਿੰਦੇ ਉਹਦੇ ਪਰ ਵੀ ਅਸਰ ਪੈ ਜਾਣਾ, ਉਹ ਵੀ 2-2 ਮਹੀਨੇ ਤੱਕ ਚਲੀ ਜਾਣੀ ਹੈ। ਸੋ ਇਸ ਲਈ ਉਹ ਕਹਿੰਦੇ ਕਿ ਇਹ ਸਾਰੇ ਪ੍ਰੋਸੈਸ ਤੇ ਅਸਰ ਪੈਣਾ, ਜਦੋਂ ਗਿਣਤੀ 21 ਰਹਿ ਗਈ ਤੇ ਫਾਈਲ ਪ੍ਰੋਸੈਸਿੰਗ ਦਾ ਅਸਰ ਮਤਲਬ ਵੀਜ਼ਿਆਂ ਤੇ ਜਾਣਾ। ਤੇ ਹੁਣ ਜੇਕਰ ਸਰਕਾਰ ਦੇ ਹਵਾਲੇ ਨਾਲ ਆਪਾਂ ਗੱਲ ਇਹਦੇ ਤੇ ਗੌਰ ਕਰੀਏ ਤਾਂ ਉਹ ਕਹਿੰਦੇ ਜੀ ਜਿਹੜਾ ਸਟੱਡੀ ਵੀਜ਼ਾ ਹੁਣ 8 ਹਫ਼ਤਿਆਂ ਚ ਮਿਲਦਾ, ਠੀਕ ਹੈ ਨਾ, ਉਹ ਸਿੱਧਾ ਕਹਿੰਦੇ ਜੀ ਫਿਰ 5 ਮਹੀਨਿਆਂ ਤੇ ਚਲਾ ਜਾਣਾ। ਹਾਂ, ਮੇਰੇ ਕੋਲ ਕੁਝ ਅੰਕੜੇ ਪਏ ਨੇ, ਮੈਂ ਉਸ ਹਵਾਲੇ ਨਾਲ ਦੱਸ ਦਿੰਦਾ। ਉਹ ਕਹਿੰਦੇ ਜੀ ਕਿ ਹਾਲ ਹੀ ਦੇ ਵਿੱਚ ਜਿਹੜੇ ਜਵਾਕਾਂ ਨੇ ਜਨਵਰੀ ਦੇ ਲਈ
ਉੱਥੇ ਜਾਣਾ, ਉਹਨਾਂ ਨੇ ਦਸੰਬਰ ਦੀਆਂ ਆਪਣੀਆਂ ਟਿਕਟਾਂ ਕਟਾ ਲਈਆਂ, ਸਾਰਾ ਕੁਛ ਕਟਾ ਲਿਆ, ਪਰ ਜਨਵਰੀ ਤੋਂ ਬਾਅਦ ਵਾਲਿਆਂ ਲਈ ਜਿਹਨਾਂ ਨੇ ਅਗਲੇ ਸਤੰਬਰ ਦੇ ਲਈ ਫਾਈਲਾਂ ਲਾਈਆਂ ਕੁਛ ਲਾਈਆਂ, ਉਹ ਪ੍ਰੋਸੈਸ ਤੇ ਹੁਣ ਅਸਰ ਪੈ ਜਾਣਾ। ਕੈਨੇਡਾ ਦੇ ਕੋਲ ਇਸ ਵਕਤ ਕਹਿੰਦੇ ਕੈਟਾਗਰੀ ਵਾਈਜ਼ ਜਿਹੜੀਆਂ ਵੀਜ਼ੇ ਦੀਆਂ ਅਪਲਾਈ ਦੀਆਂ ਫਾਈਲਾਂ ਨੇ, ਹਾਂਜੀ, ਉਹ 31 ਅਗਸਤ 2023 ਤੱਕ, 31 ਅਗਸਤ ਦੀ ਗੱਲ ਕਰ ਰਿਹਾ, ਸਤੰਬਰ ਮਹੀਨਾ ਜਿਹੜਾ ਲੰਘ ਗਿਆ ਉਹਦਾ ਅਜੇ ਪੂਰਾ ਰਿਕਾਰਡ ਨਹੀਂ ਆਇਆ, 31 ਅਗਸਤ ਤੱਕ ਲਗਭਗ 22,21,98,00,000 ਫਾਈਲਾਂ ਨੇ। ਇਹ ਬੈਕਲੌਗ ਹੈ ਜਿਹੜੀ ਕਲੀਅਰ ਹੋ ਗਈਆਂ, ਮੈਂ ਉਹਦੀ ਗੱਲ ਨਹੀਂ ਕਰ ਰਿਹਾ। 21.98 ਲੱਖ ਮਤਲਬ 22 ਲੱਖ, ਜਦੋਂ ਕਿ ਤੁਸੀਂ ਇੱਥੋਂ ਹਿਸਾਬ ਲੈ ਲਓ ਕਿ ਜਨਵਰੀ ਚ ਬੈਕਲੌਗ 19 ਕੁ ਲੱਖ ਸੀਗਾ, 19.5 ਲੱਖ, 19.44 ਜੀ ਜੀ, 19.44 ਤੋਂ ਵੱਧ ਕੇ ਸਿੱਧਾ 22 ਤੇ ਚਲਾ ਗਿਆ। ਇਸ ਤਰ੍ਹਾਂ ਇਹ ਸਾਰਾ ਇਹ ਖਟਾਸ ਦਾ ਅਸਰ, ਇਸ ਤੇ ਵਿਗੜਨ ਦਾ ਅਸਰ, ਆਪਸੀ ਟਕਰਾਵ ਦਾ ਅਸਰ ਹੈ। ਤੇ ਹੁਣ ਜੇਕਰ ਤੁਸੀਂ ਉਹਨਾਂ ਚੋਂ 41 ਡਿਪਲੋਮੈਟਾਂ ਨੂੰ ਇੱਥੋਂ ਲੈ ਜਾਓਗੇ ਜਾਂ ਇੱਥੋਂ ਭੇਜ ਦਿਓਗੇ, ਤੇ ਫਿਰ ਉਸ ਤੋਂ ਬਾਅਦ ਸਿੱਧਾ ਅਸਰ ਇਸ ਗੱਲ ਤੇ ਪੈਣਾ ਕਿ ਕੈਟਾਗਰੀ ਵਾਈਜ਼ ਜਿਹੜੇ ਵੀਜ਼ੇ ਮਿਲਦੇ ਨੇ ਉਹਨਾਂ ਤੇ ਸਿੱਧਾ ਸਟੂਡੈਂਟ ਤੇ ਅਸਰ ਪੈਣਾ। ਤੇ ਉਹ ਕਹਿੰਦੇ ਜੀ ਇਹ ਅਸਰ ਇੰਨੀ ਦੂਰ ਤੱਕ ਜਾਣਾ ਕਿ ਜਿਹੜਾ 2 ਮਹੀਨਿਆਂ ਚ ਮਿਲਦਾ ਸੀਗਾ, 8 ਹਫ਼ਤਿਆਂ ਚ ਮਿਲਦਾ ਸੀਗਾ, ਉਹ ਸਟੱਡੀ ਵੀਜ਼ੇ ਨੂੰ 5-5 ਮਹੀਨੇ ਲੱਗਣੇ ਜੀ ਕਹਿੰਦੇ, ਹੈ ਨਾ। ਜਿਹੜਾ ਡਾਇਰੈਕਟ ਸਟ੍ਰੀਮ ਵਾਲਾ ਵੀਜ਼ਾ 20 ਦਿਨਾਂ ਚ ਮਿਲ ਜਾਂਦਾ ਸੀ, ਹੈ ਨਾ, ਉਹਨੂੰ ਵੀ ਹੁਣ 2 ਮਹੀਨੇ ਤੋਂ ਉੱਪਰ ਸਮਾਂ ਲੱਗਣਾ। ਤੇ ਜਿਹੜਾ ਕਹਿੰਦੇ ਕਿ ਕੈਨੇਡਾ ਦੇ ਵੱਲੋਂ ਪੂਰੇ ਪਰਿਵਾਰ ਲਈ ਵੀਜ਼ਿਆਂ ਦਾ ਸਿਸਟਮ ਸੀ ਜਿਵੇਂ, ਉਹ ਤਾਂ ਹੁਣ ਭੁੱਲੇ ਜਾਏ, ਕੋਈ ਛੇਤੀ ਕੋਈ ਫਾਈਲ ਚੱਕ ਹੋਊਗੀ, ਕਿਉਂਕਿ ਪਹਿਲਾਂ ਵੀ ਉਸ ਕੰਮ ਨੂੰ ਜਿਹੜਾ ਪੇਰੈਂਟ ਵੀਜ਼ਾ ਜਾਂ ਸੁਪਰ ਵੀਜ਼ਾ ਹੈ ਨਾ, ਉਹਨੂੰ ਲਗਭਗ ਮਤਲਬ ਕਿ 20 ਦਿਨਾਂ ਤੋਂ ਲੈ ਕੇ 25-20 ਮਹੀਨਿਆਂ ਤੱਕ ਦਾ ਸਮਾਂ ਲੱਗ ਜਾਂਦਾ ਸੀ ਜਿਹੜਾ ਪੇਰੈਂਟ ਵੀਜ਼ਾ, ਹੈ ਨਾ। ਤੇ ਇਸ ਤਰ੍ਹਾਂ ਜਿਹੜਾ ਸਪਾਊਸ ਵੀਜ਼ਾ ਉਹਨੂੰ ਵੀ 10 ਕੁ ਮਹੀਨੇ ਲੱਗ ਜਾਂਦੇ ਸੀ, ਪਰ ਹੁਣ ਕਹਿੰਦੇ ਇਹ ਫਾਈਲਾਂ ਦਾ ਪ੍ਰੋਬਲਮ ਨਹੀਂ ਹੋਣੀ। ਜਿਹਨੇ ਰੂਟੀਨ ਚ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਤੁਰੰਤ ਕੋਈ ਉਹਦੇ ਵਾਲਾ ਵੀਜ਼ਾ ਹੁੰਦਾ, ਉਹਦੇ ਵੀ ਜਦੋਂ 2-3 ਮਹੀਨਿਆਂ ਦਾ ਪ੍ਰੋਸੈਸ ਜਾਣਾ, ਫਿਰ ਇਹਦਾ ਅਸਰ ਇਸ ਗੱਲ ਤੇ ਪੈਣਾ। ਤੇ ਇਹ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਕੀ ਇਹ ਸਹੀ ਵਰਤਾਰਾ ਦੋ ਮੁਲਕਾਂ ਦੇ ਲਈ। ਤੇ ਉਧਰੋਂ ਆਉਣ ਵਾਲਿਆਂ ਦੀ ਸਥਿਤੀ, ਪਿਛਲੇ ਦਿਨੀ ਮੇਰੀ ਕੱਲ ਹੀ ਗੱਲ ਹੋ ਰਹੀ ਸੀ ਐਡਮਿੰਟਨ ਦੇ ਵਿੱਚ, ਕਹਿੰਦੇ ਕਿ ਇੱਕ ਪਰਿਵਾਰ ਦਾ ਬਜ਼ੁਰਗ ਇੱਧਰ ਆਇਆ ਹੋਇਆ ਸੀ, ਤੇ ਉਹ ਪਰਿਵਾਰ ਦਾ ਬਜ਼ੁਰਗ ਇੱਧਰ ਆ ਕੇ ਬਿਮਾਰ ਹੋ ਗਿਆ ਤੇ ਹਸਪਤਾਲ ਦਾਖਲ ਹੋ ਗਿਆ। ਮੁੰਡਿਆਂ ਦਾ ਜ਼ੋਰ ਲੱਗ ਗਿਆ ਜੀ, ਕਿਹਾ ਸਾਨੂੰ ਆਪਣੇ ਪਿਓ ਨੂੰ ਆਖਰੀ ਸਮੇਂ ਮਿਲ ਲੈਣ ਦਿਓ, ਪਰ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਕਿਉਂਕਿ ਉਹ ਉੱਥੇ ਸਿਟੀਜ਼ਨ ਸੀ ਤੇ ਉਹ ਇੱਕ ਸਰਕਾਰ ਨੇ ਜੀ ਰੋਕ ਲਈ ਆ, ਤੇ ਇੱਧਰ ਬਾਪੂ ਚੜ੍ਹਾਈ ਕਰ ਗਿਆ। ਓ ਅੱਛਾ। ਤੇ ਹੁਣ ਹੁਣ ਉਹਨਾਂ ਨੂੰ ਇਹ ਵੀ ਮਤਲਬ ਫਿਕਰ ਹੈ ਕਿ ਹੋ ਸਕਦਾ ਸੀ ਸੰਸਕਾਰ ਤੇ ਵੀ ਨਾ ਜਾ ਸਕੀ ਜੀ। ਸੋ ਇਸ ਲਈ ਇਹੋ ਜਿਹੇ ਪਹਿਲੂ ਦੇ ਉੱਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ, ਇਹ ਜਿਹੜਾ ਟਕਰਾਵ ਹੈ ਇਹ ਕਿਤੇ ਹੋਰ ਵੱਡਾ ਨਾ ਹੋ ਜਾਵੇ। ਬੇਸ਼ੱਕ ਟਰੂਡੋ ਨੇ ਕਹਿਣ ਦੀ ਕੋਸ਼ਿਸ਼ ਤਾਂ ਕੀਤੀ ਕਿ ਹਾਂ ਅਸੀਂ ਇਹ ਰਿਸ਼ਤਾ ਵਿਗੜ ਨਹੀਂ ਦਿਆਂਗੇ, ਅਸੀਂ ਦਿੱਲੀ ਨਾਲ ਰਿਸ਼ਤੇ ਕਾਇਮ ਰੱਖਾਂਗੇ, ਪਰ ਇੱਧਰ ਵਾਲੇ ਤਾਂ ਮੂੰਹ ਹੀ ਨਹੀਂ ਖੋਲ ਰਹੇ, ਚੁੱਪ ਕਰਕੇ ਕਾਗਜ਼ੀ ਕਾਰਵਾਈ ਹੋ ਜਾਂਦੀ ਹੈ। ਤੇ ਪਰ ਇਸ ਗੱਲ ਦੀ ਪੁਸ਼ਟੀ ਨਾ ਕੈਨੇਡਾ ਕਰ ਰਿਹਾ ਨਾ ਭਾਰਤ ਕਰ ਰਿਹਾ, ਪਰ ਦਾ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦਾਅਵਾ ਕਰਦੀ ਆ ਕਿ 10 ਅਕਤੂਬਰ ਤੋਂ ਪਹਿਲਾਂ 41 ਡਿਪਲੋਮੈਟਾਂ ਨੂੰ ਛੱਡ ਦੇਣਾ ਪਊਗਾ ਭਾਰਤ, ਤੇ ਜੇ ਉਹ ਭਾਰਤ ਛੱਡਦੇ ਨੇ ਤਾਂ ਸਟੱਡੀ ਸਾਰੇ ਤਰ੍ਹਾਂ ਦੇ ਕੈਨੇਡੀਅਨ ਵੀਜ਼ਿਆਂ ਦੇ ਉੱਤੇ ਸਿੱਧਾ ਅਸਰ ਪੈਣਾ ਹੀ ਪੈਣਾ ਜੀ।